इस वन टू वन शो तुहाडा स्वागत है। अज साढ़े मेहमान ने जाने माने हॉकी खिडारी प्रगट सिंह, जिन्होंने 1992 बारसिलोना 1996 अटलांटा ओलंपिक खेडां च भारतीय टीम की कप्तानी की सी। हॉकी प्रेमियों का कहना है कि प्रतिपाल सिंह गुरबख्श सिंह तो बाद प्रगट सिंह वर्गा प्लेयर, जो कि डिफेंडर होने के नाल नाल अटैकिंग प्लेयर भी सी, भारतीय हॉकी टीम नू नहीं मिलिया। बहुत लोग उन्हां वल्लों 1985 परत दे विच जर्मनी नाल एक मैच अखीरले 6 मिनटां च 4 गोलों नू हाली भी याद करते हैं। वह पंजाब के डायरैक्टर स्पोर्ट्स वजो कम भी कर चुके हैं। इस वेले जलंधर तो श्रोमणी अकाली दल के MLA भी ने। अज असी उन्हां नाल विचार करांगे भारतीय हॉकी टीम के मुड रिवाइवल की ਅਤੇ ਕੁਝ ਹੋਰ ਮਸਲਿਆਂ ਦੀ। ਪ੍ਰਗਟ, ਤੁਹਾਡਾ ਇਸ ਸ਼ੋਅ 'ਚ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਜੀ। ਤੁਸੀਂ ਇੱਕ ਬੜੇ ਮਸ਼ਹੂਰ ਖਿਡਾਰੀ ਵੀ ਰਹੇ ਜੇ ਔਰ ਹੁਣ ਇਸ ਵੇਲੇ ਸਿਆਸੀ ਲੀਡਰ ਜੇ, ਸੋ ਗੱਲ ਕਿੱਥੋਂ ਸ਼ੁਰੂ ਕਰੀਏ, ਸਿਆਸਤ ਤੋਂ ਕਿ ਹਾਕੀ ਤੋਂ? ਜਿੱਥੋਂ ਮਰਜ਼ੀ ਕਰ ਲਓ ਜੀ, ਤੁਹਾਡੀ ਚੋਇਸ ਆ। ਪ੍ਰਗਟ, ਇਹ ਦੱਸੋ ਵੀ ਇਸ ਵੇਲੇ ਤੁਹਾਨੂੰ ਲੱਗਦਾ ਵੀ ਹਾਕੀ ਦੀ, ਇੰਡੀਅਨ ਹਾਕੀ ਦੀ ਮੁੜ ਤੋਂ ਰਿਵਾਈਵਲ ਹੋ ਰਹੀ ਆ? ਇੰਚੋਨ ਸਾਊਥ ਕੋਰੀਆ 'ਚ ਆਪਾਂ ਏਸ਼ੀਅਨ ਗੇਮਸ ਟਾਈਟਲ ਜਿੱਤੇ ਹਾਂ ਪਾਕਿਸਤਾਨ ਨੂੰ ਹਰਾ ਕੇ। ਕਈ ਚੇਂਜਸ ਵੀ ਹੈਗੀਆਂ ਪੋਜ਼ਿਟਿਵ ਸਾਈਡ 'ਤੇ। देखो, पॉजिटिव साइड तो सब तो वड्डी चेंज ये आ कि हुण पंजाब दे दोनों टीमों दे विच सीनियर ते जूनियर नू मिला के 36 प्लेयरां दे विचों 23-24 जिहड़े प्लेयर आ उह पंजाब नू बिलोंग करदे आ। ते इह बड़े सालां बाद दुबारा, बड़े सालां बाद इह, क्योंकि नॉर्मली जिन्ना क चिर असीं वी खेडे आ 4-5, 4-5, 3-4-5 जी, ते इह हुण काफ़ी देर बाद इह रिवाइवल होया हैगा। ਅਤੇ ਉਹਦੇ ਵਿੱਚ 23-24, 23-24, 22-23-24 ਛੱਤੀਆਂ 'ਚੋਂ ਜੂਨੀਅਰ ਅਤੇ ਸੀਨੀਅਰ ਨੂੰ ਮਿਲਾ ਕੇ ਉਹ ਪੰਜਾਬੀ ਪਲੇਅਰ ਹੈਗੇ ਆ ਜੀ। ਕਿਉਂਕਿ ਦੇਖੋ, ਇਹ ਖੜ ਕੇ ਖੇਡਣ ਵਾਲੀ ਗੇਮ ਆ, ਖੜ ਕੇ ਇਹਦਾ ਸੈਂਸ ਜਿਹਦੇ 'ਚ ਗੱਟਸ ਹੈਗੇ ਆ, ਪੰਜਾਬੀਆਂ 'ਚ ਗੱਟਸ ਹੈਗੇ ਆ, ਅਤੇ ਉਹ ਇੱਕ ਰਿਵਾਈਵਲ ਦਾ ਵੀ ਇੱਕ ਪੋਜ਼ਿਟਿਵ ਸਾਈਨ ਹੈਗਾ। ਅਤੇ ਜਿਹੜਾ ਇਸ ਵੇਲੇ ਕੋਚ ਹੈ ਆਪਣਾ ਪੌਲ ਵੈਨ ਐਸ, ਤੁਹਾਨੂੰ ਲੱਗਦਾ ਵਾ ਇਹ ਮੇਰੇ ਖਿਆਲ ਹਾਲੈਂਡ ਤੋਂ ਆਏ ਆ ਉਹ, ਤੁਹਾਨੂੰ ਲੱਗਦਾ ਵੀ ਉਹ ਇਸ ਰਿਵਾਈਵਲ ਦੇ ਵਿੱਚ ਹਿੱਸਾ ਪਾਉਣਗੇ? ਉਹਨਾਂ ਦੀ ਕੋਚਿੰਗ ਬਾਰੇ ਤੁਹਾਡਾ ਕੀ ਖਿਆਲ ਹੈ? ਨਹੀਂ, ਕੋਚਿੰਗ ਦੇਖੋ, ਹਾਲੈਂਡ ਅਤੇ ਆਸਟ੍ਰੇਲੀਆ ਆਲਮੋਸਟ ਅਟੈਕਿੰਗ ਹਾਕੀ ਖੇਡਦੇ ਆ, ਇੰਡੀਆ ਵੀ ਅਟੈਕਿੰਗ ਹਾਕੀ ਖੇਡਦਾ। ਐਜ਼ ਫਾਰ ਨੈਸ਼ਨਲ ਟੀਮ ਇਜ਼ ਕੰਸਰਨਡ, ਕਿ ਕਿਉਂਕਿ ਸਾਡੇ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਕਿ ਜਿਹੜੀ ਅਸੀਂ ਉਸ ਗੱਲ ਨੂੰ ਐਕਸੈਪਟ ਨਹੀਂ ਕਰਦੇ ਜਿਹੜੀਆਂ ਚੇਂਜਸ ਆ ਰਹੀਆਂ, ਲੇਕਿਨ ਸਾਡੇ ਜਿਹੜਾ ਥੱਲੇ ਕੋਚਿੰਗ ਸਟਰਕਚਰ ਹੈ ਉਹ ਹੈ ਨਹੀਂ। ਕਿਉਂਕਿ ਜਿਹੜੀ ਕੋਈ ਵੀ ਸਪੋਰਟਸ ਆ, ਜਿੰਨਾ ਚਿਰ ਉਹਦਾ ਥੱਲੇ ਸਿਸਟਮ ਇਨ ਪਲੇਸ ਨਹੀਂ ਹੈਗਾ, ਉੱਤੇ ਜਾ ਕੇ ਬਹੁਤ ਮਾਈਨਰ ਜੀਆਂ ਚੇਂਜਸ ਹੀ ਆ ਸਕਦੀਆਂ। ਕਿਉਂਕਿ ਜਦੋਂ ਬੱਚਾ ਗਰੂਮ ਹੋ ਕੇ ਪਲੇਅਰ ਬਣ ਕੇ ਨੈਸ਼ਨਲ ਕੈਂਪ 'ਚ ਜਾਂਦਾ, ਅਤੇ ਉਹਦੇ ਤੋਂ ਬਾਅਦ ਸਲਾਈਟਲੀ ਉਹਦੇ ਵਿੱਚ ਕੋਈ ਪੋਲਿਸ਼ਿੰਗ ਵਗੈਰਾ ਹੋ ਸਕਦੀ ਹੈ, ਜੇ ਆਪਾਂ ਕਹੀਏ ਉਹਦੀਆਂ ਬੇਸਿਕ ਚੇਂਜਸ, ਜਿਹੜੀਆਂ ਬੇਸਿਕ ਹੈਬਿਟਸ ਆ ਉਹਨੂੰ ਚੇਂਜ ਕਰ ਲਾਂਗੇ, ਉਹ ਨਹੀਂ ਹੋ ਸਕਦਾ ਅਨਲੈਸ ਅਦਰਵਾਈਜ਼ ਜਿਹੜਾ ਟੋਟਲ ਆ, ਇਟ ਇਜ਼ ਏ ਲਾਈਕ ਏ ਪੈਰਾਮਿਡ, ਉਹ ਨਹੀਂ ਸਾਡੇ ਹੈਗਾ। ਕਿਉਂਕਿ ਤੁਸੀਂ ਇਹਦੇ ਤੋਂ ਹੀ ਜੱਜ ਲਾ ਕਰ ਸਕਦੇ ਆ ਵੀ ਪੂਰੇ ਕੰਟਰੀ 'ਚੋਂ 12 ਪਲੇਅਰ ਆ ਅਤੇ ਪੰਜਾਬ 'ਚੋਂ 24 ਪਲੇਅਰ ਆ। ਕਿਉਂਕਿ ਜੇ ਸਾਰੀਆਂ ਸਟੇਟਾਂ 'ਚੋਂ ਇੰਨੇ ਇੰਨੇ ਪਲੇਅਰ ਆਉਣ ਤਾਂ ਕੰਪੀਟੀਸ਼ਨ ਦਾ ਲੈਵਲ ਵੀ ਵਧੂਗਾ, ਫਿਰ ਕੋਚ ਕੋਲ ਆਪਸ਼ਨਸ ਵੀ ਜ਼ਿਆਦਾ ਹੋਣਗੀਆਂ। ਇਹਦਾ ਮਤਲਬ ਇਹ ਹੋਇਆ ਕਿ ਥੱਲੇ ਕੰਮ ਜਿਸ ਸਟੇਟ ਦੇ ਵਿੱਚ ਥੋੜ੍ਹਾ ਬਹੁਤਾ ਹੋਇਆ ਉੱਥੋਂ ਪਲੇਅਰ, ਕਿਉਂਕਿ ਪਲੇਅਰ ਤਾਂ ਇੱਕ ਪ੍ਰੋਡਕਟ ਆ, ਅਤੇ ਜੇ ਥੱਲਿਓਂ ਕਿਤੇ ਥੋੜ੍ਹਾ ਬਹੁਤਾ ਕੰਮ ਹੋਇਆ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਉਹ ਬੋਲਦਾ। ਪ੍ਰਗਟ, ਇਸ ਵੇਲੇ ਜਿਹੜੀ ਆਪਣੀ ਇੰਡੀਅਨ ਹਾਕੀ ਟੀਮ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਤੁਹਾਨੂੰ ਕੀ ਲੱਗਦਾ ਵੀ ਉਹਦੇ 'ਚ ਕੀ ਸਟਰੈਂਥਸ ਆ, ਕੀ ਵੀਕਨੈਸਿਸ ਆ? ਨਹੀਂ ਦੇਖੋ, ਇੱਕ ਤਾਂ ਏਜ ਗਰੁੱਪ ਦੇ ਵਿੱਚ ਇਹ ਰਾਈਟ ਏਜ ਦੇ ਬੱਚੇ ਹੈਗੇ ਆ, ਓਕੇ, ਇਹ ਇਹਦੀ ਸਟਰੈਂਥ ਹੈਗੀ ਆ। ਸੋ ਚੰਗਾ ਯੂਥ ਐਂਡ ਐਕਸਪੀਰੀਅੰਸ ਦੇ ਚੰਗਾ ਬਲੈਂਡ ਆ, ਬਲੈਂਡ ਹੈਗਾ। ਦੂਸਰਾ ਇਹ ਆ ਕਿ ਅਸੀਂ ਟਾਈਮ ਟੂ ਟਾਈਮ ਕੁਛ ਨਾ ਕੁਛ ਈਵੈਂਟ ਜਿੱਤਦੇ ਹਾਂ, ਉਹ ਜਿਹੜੀ ਸਪਿਰਿਟ ਆ ਉਹ ਬਣੀ ਹੋਈ ਆ, ਓਕੇ। ਲੇਕਿਨ ਜਿੱਥੋਂ ਤੱਕ ਕੰਸਿਸਟੈਂਸੀ ਦੀ ਗੱਲ ਆ, ਉਹ ਹਜੇ ਵੀ ਉਹ ਲਿਆਉਣ ਦੀ ਲੋੜ ਹੈ, ਉਹ ਲਿਆਉਣ ਦੀ ਜ਼ਰੂਰਤ ਹੈਗੀ ਆ। ਅਤੇ ਸਰਦਾਰਾ ਸਿੰਘ ਦੀ ਜਿਹੜੀ ਕਪਤਾਨੀ ਆ ਉਹਦੇ ਬਾਰੇ ਕੀ ਕਹੋਗੇ? ਤੁਹਾਨੂੰ ਲੱਗਦਾ ਵੀ ਉਹ ਆਉਂਦੇ ਆ ਵੀ ਹੀ ਹੈਜ਼ਿਟ ਇਨ ਹਿਮ? ਇਹਦੇ ਵਿੱਚੋਂ ਦੇਖੋ, ਇਹਦੇ ਵਿੱਚੋਂ ਮੋਸਟ ਐਕਸਪੀਰੀਅੰਸ ਤਾਂ ਸਰਦਾਰਾ ਸਿੰਘ ਹੀ ਆ, ਔਰ ਨਾਲ ਲੈ ਕੇ ਚੱਲਦਾ ਆ, ਠੀਕ ਹੈ ਨਾ, ਪਲੇਸ ਕਿਤੇ ਨਾ ਕਿਤੇ ਸਿਸਟਮ ਦੀ ਸਪੋਰਟ ਵੀ ਉਹਨੂੰ ਹੈਗੀ ਆ। ਪਰ ਤੁਹਾਨੂੰ ਲੱਗਦਾ ਵੀ ਉਹਦੇ 'ਚੋਂ ਕਿਲਰ ਇੰਸਟਿੰਕਟ ਹੈ ਜਿਹੜਾ ਤੁਹਾਡੇ ਵੇਲੇ ਤੁਹਾਡੇ 'ਚ ਸੀ, ਜਿਵੇਂ ਮੈਨੂੰ ਯਾਦ ਆ ਜਿਹੜਾ ਪਰਥ ਦੇ ਵਿੱਚ ਤੁਸੀਂ ਉਹ ਜਿਹੜੇ ਅਖੀਰ ਦੇ ਵਿੱਚ ਅਲਟੀਮੇਟਲੀ ਜਦੋਂ 4 ਗੋਲ 6 ਮਿੰਟਾਂ 'ਚ ਕੀਤੇ ਸੀ, ਜਦੋਂ ਡਿਫੈਂਸ ਦੇ ਉੱਤੇ ਲੋਡਿੰਗ ਹੁੰਦੀ ਆ ਜੀ, ਕਿਉਂਕਿ ਜਦੋਂ ਜ਼ਿਆਦਾ ਅਟੈਕ ਹੋਣਗੇ, ਕਿਉਂਕਿ ਇਹ ਇੱਕ ਟੀਮ ਗੇਮ ਆ, ਇਹਦੇ ਵਿੱਚ ਜਿੰਨਾ ਚਿਰ ਲੋਡ ਜਿਹੜਾ ਸ਼ੇਅਰ ਨਹੀਂ ਹੁੰਦਾ, ਕਿਤੇ ਕਿਤੇ ਮੈਨੂੰ ਇਹ ਲੱਗਦਾ ਵੀ ਲੋਡਿੰਗ ਜ਼ਿਆਦਾ ਹੋ ਜਾਂਦੀ ਆ, ਦੈਨ ਫਿਰ
वो मिसटेक्स कर लग पैंदा क्योंकि ओबवियसली जदों तुहाडे ते लोडिंग ज़्यादा होगी तो मिसटेक्स होणगीआं ही जी। सो उत्थे इक किते ना किते बाकियां नूं भी शेयर करना चाहीदा तां कि अल्टीमेटली इट इज़ ए टीम विच इज़ परफॉर्मिंग। मैं गल कर रहा सीगा पर्थ दी 1985 दी शायद गेम सी जर्मनी दे खिलाफ खेल रहे सी जर्मनी दे जदों आपां 5-1 डाउन सी और अखीरले 6 मिनटां च तुसीं 4 गोल लगातार एक तो बाद 4 गोल कीते इंज लगदा जिवें उह युवराज छक्के मारदा ना एक तो बाद एक उह की तुहाडे मन च आया क्योंकि तुसीं एक डिफेंडर हो के एक बिल्कुल अटैकिंग फॉर्म च आ गए। असली गल है जी लगा तो फलूक ही सीगा मैं बाल अपने किसी फारवर्ड नूं देना चाहुंदा सी। एक्चुअली गोरियां दी साइकी की आ कि वह अपना बंदा नहीं छड़दे ओके क्योंकि जिहड़ी मैन टू मैन हैगी आ आपां मैन टू मैन किसी होर गल नूं समझदे आ वह कहिंदे आ भी जिहड़े बंदे दी मैनूं ड्यूटी लाती चाहे वह बंदा ग्राउंड तो बाहर चले जाए उन्हें बाहर उहदे नाल चले जाणा ओके अच्छा मेरा क्योंकि सेंटर फॉरवर्ड ने मैनूं टैकल करना सीगा वह बीट हो गया सीगा वह मैं बाल लैके तुरिया तो असली गल है मैनू किसी ने टैकल ही नहीं किया मैं बाल देना चाहता सी अखीर तो मैं देखा भी फिशर आ गया जिहड़ा जर्मन का डीप डिफेंडर आ जिन्हां जिहड़ा उन्हां दा क्योंकि उन्होंने सिस्टम के जिहड़ा डीप डिफेंडर आ जदों फिर जदों कोई भी किसी का लूज हुंदा तो उन्हें ही टैकल करना हुंदा मैं देखा भी 25 दे मैं तो नेड़े तूड़े जे पहुँच गया तो चलो मैं उन्हूं भी खिंच लिया वो डॉज हो गया जदों मैं डी च देखा मैं क्या मैं डी आ गई हूँ तो गोलकीपर भज्जा आता सी मैं उन्हूं प्लेस कर दित्ते एक गोल होया ना फिर तीन होर तो बाद एक्चुअली देखो असली गल है भी वो उन्हां नूं उदों तक ही गल दी मैनूं लगदा समझ नहीं सीगी भी उहदे तों बाद तां खैर वो टैकल टूकल करन लग पए उन्होंने थोड़ी जी अपनी फेयर स्ट्रैटेजी चेंज की बट ये ठीक है भी पर अगले साल फिर कराची च फिर हॉलैंड अगेंस्ट होया। देखो एक्चुअली मैं असली गल है सेंटर फॉरवर्ड भी पहला खेडता रहा सो वो थोड़ी बहुत ही स्किल जिहड़ी आ क्योंकि नॉर्मली उदों तक ये कि जिहड़े फुलबैक आ वो ज़्यादा अड्डियां ते खेडदे सीगे ते उन्हां दी कदी एक्सपैक्टेशन नहीं सी भी इह भी कदी आण के अगे गोल कर सकदा जां अगे डिलीवर कर सकदा बॉल दे सकदा। सो हुण आपां 2016 दीआं रियो ओलंपिक्स दे विच जाणा वा तुहानूं की लगदा कि की करन दी लोड़ है कि आपां वाकई एक वारी फिर कोई ना कोई मैडल जित सके। एक्चुअली एक तां कंसिस्टेंसी दी देखो जरूरत हैगी आ देखो उस लैवल ते तां टीमां उही उस लैवल नूं अचीव तुहानूं की लगदा टफेस्ट टीम्स किहड़ियां वा उत्थे नहीं टफेस्ट तां बेसिकली आस्ट्रेलिया हॉलैंड जर्मनी क्योंकि देखो जर्मनी कदी भी कोई ना बिगर लूजर आ ना बिगर विनर आ जी उन्हां दा स्कोर जिहड़ा 2-1, 1-0, 3-2 इत्थे तक ही रहिंदा क्योंकि वह ओपन स्पेस दिंदे ही नहीं बेसिकली उन्हां दी ये मानसिकता भी हैगी आ चाहे वह जर्मन तुसीं डिफेंस देख लो चाहे जर्मन फुटबॉल देख लो चाहे उन्हां दा बेसिक नज़रिया देख लो पहला वह डिफेंस करते फिर ही अच्छा उन्हां दे गैप जिहड़े मिलते नहीं है वो टीम जिहड़ी आ वो टफ हैगी आ स्पैशली जदों अपने खास करके जदों ओपन स्पेस मिलती आ आपां हॉलैंड दे अगेंस्ट ठीक खेल लाँगे आपां ईवन आस्ट्रेलिया दे अगेंस्ट भी ठीक खेल लाँगे पर जिहड़ियां टाइट मार्किंग वालियां कोरिया होया इह आस्ट्रेलिया अपने जर्मन हुई ये जिहड़ियां टाइट मार्किंग वालियां टीमां हैगियां और दूसरी गल है साडी मानसिकता असीं की करदे आ जदों इत्थों जाने आ ना जी किसी भी प्रैपरेशन लई किसी भी ईवेंट लई तो साडा ये हुंदा भी असीं हुण फाइनल च भी पहुँच के ही आना असीं मैच टू मैच क्योंकि देखो हुण ये साडा कोच हॉलैंड वाला हैगा ये तां जरूर मैच टू मैच लेकिन मानसिकता भी सानू बनाउणी पैणी आ अल्टीमेटली डिलीवरी जिहड़ी करनी आ उह तां प्लेयर्स ने करनी आ और उहदा मैंटल लैवल की हैगा जी वह उन्हें डिलीवर करना क्योंकि जदों कई बार असं यह सोचते हैं भी लै भी हुण तां फलानी नूं भी जित्या तो कई बार इनिशियल स्टेज पर माड़ी टीम तो ही असी लूज करके बह जाने वो साडा सारा ही जिहड़ा पॉइंट सिस्टम है वह अपसैट हो जाता। इत्थे असीं रुक रहे हैं एक ब्रेक वास्ते ब्रेक तो बाद असीं साबका भारतीय हॉकी कप्तान प्रगट सिंह नाल गलबात जारी रखा ब्रेक तो बाद स्वागत है असीं गल कर रहे हैं प्रगट सिंह नाल। प्रगट तुसीं गेम दे नाल नाल जिहड़ी गेम दी पॉलिटिक्स आ सियासत आ उहदे नाल भी जुड़े रहे जी मैनूं याद है जदों कलमाडी और तुहाडे च विशा पिया सी तुसीं कलमाडी दी बड़ी क्रिटिसिज़म कीती सी तुसीं कहा भी उह अगली फेस ऑफ इंडियन स्पोर्ट्स आ एक माफिया वा उह की गल हो गई सी। असली गल है पिंडो आया सीगा जी ते जो भी कम करीदा सिंगल ट्रैक ते लगन नाल जरूर करीदा जदों उहदे विच फिर लगदा कि इह बंदे अननेसैसरली हर्डल्स क्रिएट करते फिर वो कितना वो जड़ा लावा जहा फुटदा जी उदों भी कुछ नहीं होया हॉकी इंडिया बनी सी जी तो उदों पंजाब दे विच चलो मैनू इनी सैकटरी बनाता
जो सैकटरी बनाता तो जो असी एफिलीएशन लैन गए वो कहते जी भी तुहानू असी एफिलीएशन नहीं देनी। मैं कहा यार भी पंजाब नू जे हॉकी दे विच तुसी एफिलीएशन नहीं देनी फिर तो माड़ी गल है भी साडा कसूर दसो। कसूर कोई नहीं जी, कसूर तो सिर्फ इन्ना ही आ कि तुसी तुहाडे च पोटेंशियल हैगा, मतलब जो इनडायरैक्टली या तुसी दूजे दे नाल एसोसिएटेड जे। हाँ जी, तो नहीं दूजे दे नाल भी मैं क्या यार मैं तो हॉकी का बंदा हाँ, हॉकी की बेहतरी लिए कम करना चाहना, हॉकी तो मैं जे जे मेरे अर्गे पिंड तो आने वाले बंदे नू जे हॉकी करके इन्नी रिकोगनाइजेशन मिली आ तो मैं कभी उस प्रोफेशन नू कभी नहीं लैट डाउन होण दूंगा जिन्ने क मेरी वाह चलूगी। तो मैं कभी इन्हां चीज़ों भी नहीं ध्यान रखता भी ये किहदा किहदा, हॉकी तो हॉकी आ, कंट्री है तो कंट्री आ, स्टेट आ तो स्टेट आ। वो पर जदों इदां दी फीलिंग जी आई तो फिर तो लड़ाई तो होनी सीगी, फिर जो मैं कर सकता सी मैं कीता। उस तो बाद कभी फेस टू फेस आए तुसी कलमाड़ी दे नाल? मैं मिलिया सी उन्हां नू एक बारी तिहाड़ जेल च मिल के आया सीगा। ओके। हाँ मैं नहीं मैं उन्हां नू इत्थे इह वी गल उहदी तिहाड़ जेल च मैनूं चाह चू पियाई, मैनूं कहिंदे भी तूं मेरा नुकसान बहुत कीता। मैं कहा भी देखो मैं लड़ाई तुहाडियां आदतां ना सीगी, तुसीं कहिंदे सी पंजाब नूं एफिलीएशन नहीं देनी, फिर मैं जो कर सकता सी मैं कीता। मैं तुहाडे काम दी काफ़ी लोकी तारीफ भी करदे आ पर तुहाडी आलोचना भी करदे। मैनूं याद है एक इंडियन कोच सीगा हरिंदर सिंह, उन्हें तुहानू कहा सीगा भी तुसी मैच फिक्सिंग करते जे तुसी हॉकी का नुकसान बड़ा किया वा, वह की गल सी? एक्चुअली असली गल है मैं इन चीज़ों से बहुता कभी देखो मैं जे कहाँ भी मैं करदा या मैं नहीं करदा मेरा मैच फिक्सिंग मेरा सीरियस इल्जाम है। मेरा मेरा किरदार जिहड़ा ना वो लोगों के सामने आ, कोई लिकी लुपी छिकी चीज़ नहीं हैगी। मैं यहोजा बंदा का ईवन जवाब देना भी बहुता, क्योंकि जे यहोजा बंदा कहे भी हाँ भी और मैनू इन चीज़ों का असली गल है कोई बहुता फर्क नहीं पैंदा, इस करके नहीं पैंदा क्योंकि मेरी कॉन्शियस बड़ी क्लीयर है तो मेरा किरदार बड़ा क्लीयर है। सो इस करके आप इन चीज़ों का और जिहड़े तुसी इनिशिएटिव लए सी बतौर डायरेक्टर वो किन्ने क हाली भी चल रहे है तो किन्ने हुण खत्म हो गए? मैं असली गल है 4,000 बच्चों के स्पोर्ट्स विंग, क्योंकि अल्टीमेटली यदा बेस लैवल बधाते सके जी, वो हुण घट गया काफ़ी, वो कई तो बंद हो रहे पिछे जे कई बंद हो गए आ, कई जिहड़ी हैगी आ कई डाइट नहीं मिली क्योंकि देखो ये तो जिन्ना चिर पैशन नहीं हैगा। ये क्यों बंद होए की गल, कोई कमिटमेंट नहीं कि सरकार दी है की गल? नहीं सरकार कौन होंदी है जी, सरकार मान लो जे मैं डायरैक्टर स्पोर्ट सीगा मैं भी तो सरकार सीगा, जे हुण डायरैक्टर स्पोर्ट्स आ वह भी तो सरकार ही आ, जे थले कोचेस आ क्योंकि ये तो तुहाडी फिर की वजह वा भी ये हो रहा है? तुसीं एक ग्रास रूट्स से एक मास पार्टीसपेशन की कोशिश की वो हुण अगे नो काटिया। एक्चुअली भाजी वो स्पिरिट जिहड़ी आ समाज की स्पिरिट हौली हौली मुक्की जाती है, चाहे वह पोलीटिकल सिस्टम लै लो चाहे वह ब्यूरोक्रेटिक सिस्टम लै लो ईवन फॉर दैट मैटर चाहे वह मीडिया का सिस्टम लै लो। ये देखो अल्टीमेटली तो डेमोक्रेसी के तीन ही थम आ ना, चौथी जुडिशरी हैगी है ठीक है ना। अच्छा स्पिरिट की गल हैगी जे स्पिरिट विचों निकल जाती हूँ 1861 का पुलिस रूल इंग्लैंड भी उ है ना अपने भी उही है, तो अपने वाला जे कि कोई वारी पुलिस वाला आ जाता तो आपको लगता भी हूँ भी यार होर ना कोई गड़बड़ हो जाए जो उत्थे वाला आ जाता। इट इज़ ए करैक्टर। तुसी प्रगट थोड़ा जिहा परां जा रहे जे सबजैक्ट नूं सरकार नूं बचाउणा चाहुंदे जे खुद नहीं। मैं सरकार नूं मैं देखो जिहड़ियां सरकार दीआं गलतियां हैगीआं ना जी, जी मैं कदी भी उस गल नूं डिफेंड नहीं करदा। सरकार दी कोई गलती है नहीं, देखो देखो जिहड़ा डिलीवरी नहीं हुंदी जी, पाणी इक मोगे चों छड्डिया जांदा जी, मान लो आपां तां हुण पिंडां वाला गल समझदे आ भी पाणी इक मोगे तों छड्डिया अखीर ते पहुंचिया नहीं राह च रह गया किते, इहदा मतलब किते ना किते लीकेज तां हैगी आ ना, किते ना किते समस्यावां तां हैगीआं ही आ। देखो मैं तां तुहाडा होर फर्दर मैं तुहाडे नाल शेयर कर लैना, पिछले 67 सालां च जो इस देश च होया उहदी तस्वीर साडे सारिआं दे सामणे आ, उहदे च पोलीटिशन दा रोल भी हैगा, उहदे विच ब्यूरोक्रेट का रोल भी हैगा, उहदे विच लोकां दा रोल भी हैगा, ते उहदे विच लोकां दे विचों मीडिया दा रोल भी है। प्रगट पिछले साल तो एक पंजाब इंस्टीट्यूट ऑफ स्पोर्ट्स मोहाली च बनिया, मेरे ख्याल 11 डिसिप्लिनस उहदे च 11-12 डिसिप्लिनस उहदे विच, तुहानूं की लगदा कि एक चंगा उपराला वा और इस तरह इस वेले एक्चुअली कित्थे क्या खड़ा वा? एक्चुअली एक देखो सुपर स्पैशलाइजेशन की तो देखो जदों मैं स्पोर्ट्स पॉलिसी भी बनाई सी जी थॉट प्रोसैस है ना साडा जिहड़ा स्पोर्ट्स महकमा उहदी बड़ी मेडियोकर जिहे लैवल दी थॉट प्रोसैस आ, रियलिटी ये आ जी, क्योंकि सुपर स्पैश देखो चाहे चाइना ने किया चाहे कोरिया ने किया चाहे जर्मन ने किया चाहे हॉलैंड ने किया दुनिया के किसी भी मुल्क ने किया, देयर इज़ ए 3-layer ऑफ सिस्टम ठीक है ना, मास पार्टीसपेशन स्पैशलाइजेशन ते सुपर स्पैशलाइजेशन। हुण साडे को सुपर स्पैशलाइजेशन है ही नहीं सी,
ਉਹ ਇੱਕ ਉਪਰਾਲਾ ਹੈਗਾ ਪੀ ਆਈ ਐੱਸ ਦੇ ਥਰੂ ਕਿ ਚਲੋ ਯਾਰ ਕੁਛ ਨਾ ਕੁਛ ਜਿਹੜੇ ਸਾਡੇ ਕੋਲ ਕੁਛ ਹੈਗੇ ਆ, ਮੰਨ ਲਓ 500, 400, 200, 100, ਉਹਨਾਂ ਨੂੰ ਤਾਂ ਕਮ ਸੇ ਕਮ ਉਸ ਲੈਵਲ ਦੀ ਟ੍ਰੇਨਿੰਗ। ਪਰ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਤੱਕ ਉਹਦਾ ਡਾਇਰੈਕਟਰ ਸਹੀ ਨਹੀਂ ਲਾਇਆ, ਕੋਈ ਡਾਇਰੈਕਟਰ ਜਨਰਲੀ ਉਹਦਾ ਸਹੀ ਨਹੀਂ ਲਾਇਆ ਹਾਲੇ ਤੱਕ, ਤੇ ਉਹਦਾ ਕੀ ਫਰਕ ਪਊਗਾ? ਨਹੀਂ ਉਹਦਾ ਦੇਖੋ ਉਹਦੇ ਵਿੱਚ ਦੋ, ਇੱਕ ਤਾਂ ਸੁਖਬੀਰ ਗਰੇਵਾਲ ਜਿਹੜਾ ਟੈਕਨੀਕਲ ਡਾਇਰੈਕਟਰ ਆ, ਇੱਕ ਇਹਨਾਂ ਦਾ ਜਿਹੜਾ ਡਾਇਰੈਕਟਰ ਐਡਮਨ ਆ ਜੀ, ਉਹ ਦੋ ਬੰਦੇ ਤਾਂ ਫਿਰ ਉਹੀ ਬਿਊਰੋਕਰੇਸੀ ਕੰਟਰੋਲ ਕਰ ਰਹੀ ਨਾ। ਹਾਂ, ਉੱਥੇ ਤਾਂ ਉਹੀ ਕਰ ਰਹੀ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਦੇਖੋ ਅਜੇ ਬਹੁਤ ਕਮੀਆਂ ਹੈਗੀਆਂ ਸਾਡੇ ਕੋਲ, ਬੇਸ ਦੀ ਕਮੀ ਆ। ਦੇਖੋ ਉਹਦੇ ਵਿੱਚ ਐਜੂਕੇਸ਼ਨ, ਜਿਹੜਾ ਐਜੂਕੇਸ਼ਨ ਦਾ ਸਪੋਰਟਸ ਮਹਿਕਮਾ ਹੈਗਾ, ਉਹਦੇ ਵਿੱਚ ਦੇਖੋ 42-4300 ਫਿਜ਼ੀਕਲ ਐਜੂਕੇਸ਼ਨ ਟੀਚਰ ਆ। ਮੈਂ ਤਾਂ ਜਲੰਧਰ 'ਚ ਜਿਹੜੇ ਜਿੰਨੇ ਕੁ ਹੈਗੇ ਆ ਜਾਂ ਜਿਹੜੇ ਮੇਰੀ ਕੌਨਸਟੀਚੁਐਂਸੀ 'ਚ ਆ, ਮੈਂ ਇੱਕ ਦਿਨ ਉਹਨਾਂ ਦੀ ਮੀਟਿੰਗ ਕੀਤੀ ਸੀ, ਦੇ ਆਰ ਹਾਰਡਲੀ ਡੂਇੰਗ ਐਨੀ ਵਰਕ। ਇਸੇ ਤਰ੍ਹਾਂ ਮੈਂ ਇਸ ਕਰਕੇ ਕਹਿ ਰਿਹਾ, ਮੈਂ ਇਸ ਕਰਕੇ ਇਹਨੂੰ ਥੋੜ੍ਹਾ ਜਿਹਾ ਕ੍ਰਿਟੀਕਲ ਆ, ਕਿਉਂਕਿ ਇੱਕ ਜਨਰਲ ਫੀਲਿੰਗ ਆ ਵੀ ਹਰਿਆਣਾ ਜਿਹੜਾ ਵਾ ਉਹ ਸਪੋਰਟਸ ਬਹੁਤ ਅੱਗੇ ਆ, ਉਹ ਸਪੋਰਟਸਮੈਨ ਵਾਸਤੇ ਉਹਨੇ ਮਾਸਕ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਵਾ, ਉਹਨਾਂ ਨੂੰ ਪ੍ਰਮੋਟ ਕਰਦਾ ਵਾ, ਜਦੋਂ ਉਹ ਮੈਡਲ ਲੈ ਕੇ ਆਉਂਦੇ ਉਹਨਾਂ ਨੂੰ ਨਾਮ ਮਿਲਦੇ ਆ, ਮੈਨੂੰ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਵਾ, ਇਹ ਸਭ ਕੁਝ ਪੰਜਾਬ 'ਚ ਮਿਸਿੰਗ ਆ। ਨਹੀਂ, ਆਪਣੇ ਕਈ ਚੀਜ਼ਾਂ ਤਾਂ ਹੈਗੀਆਂ, ਦੇਖੋ ਕਈ ਚੀਜ਼ਾਂ ਮਿਸਿੰਗ ਆ ਜੀ। ਦੇਖੋ ਮੈਨੂੰ ਇੱਕ ਵਾਰੀ ਸੀ ਐੱਮ ਸਾਹਿਬ ਪੁੱਛਣ ਲੱਗੇ ਮੈਨੂੰ, ਕਹਿੰਦੇ ਵੀ ਤੁਸੀਂ ਤਾਂ ਡਾਇਰੈਕਟਰ ਵੀ ਰਹੇ ਆ, ਸਪੋਰਟਸਮੈਨ ਵੀ ਰਹੇ ਆ, ਪੰਜਾਬ ਦਾ ਅਤੇ ਹਰਿਆਣੇ ਦਾ ਫਰਕ ਕੀ ਆ ਜੀ? ਅੱਜ ਹਰਿਆਣੇ 'ਚ ਤੁਹਾਨੂੰ ਉਹੀ ਦੌਣ ਵਾਲਾ ਮੰਜਾ, ਖੇਤੀ ਕਰਦੇ ਲੋਕ, ਮੱਝਾਂ ਚੁੰਘਦੇ ਮੁੰਡੇ ਕੁੜੀਆਂ, ਉਹ ਮਿਲ ਜਾਣਗੇ, ਪੰਜਾਬ 'ਚ ਨਹੀਂ ਮਿਲਣਗੇ। ਦੇਖੋ ਸਾਡੀ ਸੁਸਾਇਟੀ ਦਾ ਕਿਤੇ ਨਾ ਕਿਤੇ ਥੋਟ ਪ੍ਰੋਸੈਸ, ਪੰਜਾਬ 'ਚ ਹੁਣ NRI ਜ਼ਿਆਦਾ ਮਿਲਦੇ ਆ, NRI ਵੀ ਜ਼ਿਆਦਾ ਮਿਲਦੇ ਆ, ਦੇਖੋ ਬੀਅਰ ਵਿਸਕੀ ਵਾਲੇ ਵੀ ਜ਼ਿਆਦਾ ਮਿਲਦੇ, ਸਾਡਾ ਲੋਅਰ ਲੈਵਲ 'ਤੇ ਬੱਚੇ ਜਿਹੜੇ ਆ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ। ਦੇਖੋ ਪੰਜਾਬੀ ਉਨਾ ਚਿਰ ਤਕੜਾ ਸੀ ਜਿੰਨਾ ਚਿਰ ਇਹ ਘੋੜੀਆਂ ਦੇ ਕਾਠੀਆਂ 'ਤੇ ਰਹਿਣ ਵਾਲੀ ਰੇਸ ਸੀਗੀ, ਫਰੈਂਕਲੀ। ਅੱਜ ਉਹ ਰੇਸ ਬਹੁਤੀ ਤਕੜੀ ਨਹੀਂ ਰਹੀ, ਇਹਨੂੰ ਆਪਾਂ ਮੰਨ ਲਈਏ, ਇਹਨੂੰ ਆਪਾਂ ਐਵੇਂ ਕੋਈ ਡਿਨਾਈ ਕਰੀ ਜਾਵੇ, ਕੋਈ ਕਿਸੇ ਇਹਨੂੰ ਕਿਸੇ ਕਿਸਮ ਕਿਸੇ ਪਾਸੇ ਨੂੰ ਲੈ ਜਾਓ। ਇਹਦੀ ਤੁਹਾਡੀ ਪ੍ਰਗਟ ਗੱਲ ਸੁਣ ਕੇ ਇਹ ਲੱਗਦਾ ਵੀ ਹੁਣ ਕੋਈ ਬਹੁਤੀ ਹੋਪ ਹੈ ਨਹੀਂ ਗੀ, ਮਤਲਬ ਨਹੀਂ, ਹੋਪ ਅਗੇਂਸਟ ਹੋਪ, ਕਿਉਂਕਿ ਦੇਖੋ ਮੈਂ ਤਾਂ ਆਪਣੇ ਕੌਨਸਟੀਚੁਐਂਸੀ 'ਚ ਕੰਮ ਕਰਦਾ, ਦੇਖੋ ਜਦੋਂ ਦਾ ਮੈਂ MLA ਬਣਿਆ ਮੈਂ ਆਪਣੀ ਕੌਨਸਟੀਚੁਐਂਸੀ 'ਚ ਕੰਮ ਕਰਦਾ, ਦੇਖੋ ਕਰਪਸ਼ਨ ਹੈਗੀ ਆ, ਮੈਂ ਐਵੇਂ ਕਹਾਂ ਵੀ ਕਰਪਸ਼ਨ। ਪਰ ਉਸੇ ਕੌਨਸਟੀਚੁਐਂਸੀ 'ਚੋਂ ਉਸੇ ਏਰੀਆ 'ਚੋਂ ਕਿੰਨੇ ਪਲੇਅਰ ਨਿਕਲੇ? ਸੰਸਾਰਪੁਰ ਮੇਰੇ ਖਿਆਲ ਤੁਹਾਡੀ ਕੌਨਸਟੀਚੁਐਂਸੀ ਦਾ, ਮੇਰੀ ਕੌਨਸਟੀਚੁਐਂਸੀ 'ਚ ਅੱਜ ਮੇਰੇ ਪਿੰਡ ਤੋਂ 4 ਪਲੇਅਰ ਆ ਜੀ। ਦੇਖੋ ਮੈਂ ਤਾਂ ਪ੍ਰੈਕਟੀਕਲ ਕੰਮ ਕਰਨ ਦਾ ਇਸ਼ਕ ਆ, ਪ੍ਰੈਕਟੀਕਲ ਕੰਮ ਕਰਦਾ, ਬਹੁਤੀ ਗੱਲ ਲੰਮੀ ਚੌੜੀ ਕਰਦਾ ਨਹੀਂ ਹੈ। ਮੈਂ ਕਹਿੰਦਾ ਵੀ ਮੈਨੂੰ ਇੰਨਾ ਪਤਾ, ਮੈਂ ਜੇ ਆਪਣੀ ਸਾਈਡ 'ਤੇ ਠੀਕ ਖੇਡੀ ਜਾਊਂਗਾ ਅਤੇ ਜੇ ਹੌਲੀ ਹੌਲੀ ਦੂਜੇ ਪਲੇਅਰ ਵੀ ਠੀਕ ਖੇਡਣ ਲੱਗ ਪੈਣਗੇ, ਹੌਲੀ ਹੌਲੀ ਟੀਮ ਠੀਕ ਬਣ ਜੂਗੀ, ਸੁਸਾਇਟੀ ਇਜ਼ ਏ ਟੀਮ। ਮੈਂ ਹੁਣ ਥੋੜ੍ਹੀ ਜਿਹੀ ਇੱਕ ਵੱਖਰੀ ਗੱਲ ਕਰਨੀ ਚਾਹੁੰਦਾ। ਕੁਝ ਸਾਲ ਪਹਿਲਾਂ ਤੁਸੀਂ ਆਪਣੀ ਨੌਕਰੀ ਛੱਡ ਕੇ ਪੋਲੀਟਿਕਸ ਜੁਆਇਨ ਕੀਤੀ ਸੀ, ਲੱਗਦਾ ਵੀ ਗਲਤੀ ਹੋ ਗਈ ਜਾਂ ਬੜੇ ਸੈਟਿਸਫਾਈਡ ਜੇ ਪੋਲੀਟਿਕਸ ਦੇ ਵਿੱਚ? ਭਾਅ ਜੀ ਐਕਚੁਲੀ ਅਸਲੀ ਗੱਲ ਆ, ਮੈਂ ਇੱਕ ਨੌਕਰੀ ਨਹੀਂ ਛੱਡੀ, ਮੈਂ 7 ਛੱਡੀਆਂ ਪਹਿਲਾਂ। ਓਕੇ, ਅਤੇ 9ਵੀਂ ਕਿਹੜੀ ਹੋਣੀ? ਪਤਾ ਨਹੀਂ, ਹੁਣ ਮੈਨੂੰ ਇਹ ਨਹੀਂ ਪਤਾ ਵੀ ਕੀ ਹੋਣਾ ਕੀ ਨਹੀਂ ਹੋਣਾ, ਲੇਕਿਨ ਇੱਕ ਚੀਜ਼ ਹੈਗੀ ਆ ਵੀ ਜਿੱਥੇ ਕੁ ਵੀ ਮੈਨੂੰ ਚਾਂਸ ਮਿਲਿਆ ਮੈਂ ਉੱਥੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਵੇਲੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜੇ, ਉਹਨਾਂ ਦੇ MLA ਜੇ, ਤੁਹਾਨੂੰ ਕੀ ਲੱਗਦਾ ਵਾ ਵੀ ਇੱਕ ਅਕਾਲੀ ਦਲ ਦੇ ਖਿਲਾਫ਼ ਇੱਕ ਬਹੁਤ ਸਟਰੋਂਗ ਐਂਟੀ ਇਨਕੰਬੈਂਸੀ, ਇੱਕ ਸੱਤਾ ਦੇ ਖਿਲਾਫ਼ ਲਹਿਰ ਇੰਨੀ ਤਕੜੀ ਕਿਉਂ? ਦੇਖੋ ਜਿਹੜੀ ਅਲਟੀਮੇਟ ਪਰਫੋਰਮੈਂਸ ਜਿਹੜੀ ਆ ਉਹ ਜੇ ਪੋਲੀਟਿਕਸ ਪੋਲੀਟੀਸ਼ੀਅਨ ਅਤੇ ਬਿਊਰੋਕਰੈਟ ਔਨ ਏ ਪੋਜ਼ਿਟਿਵ ਨੋਟ ਜੀ, ਜੇ ਉਹ ਕੰਮ ਕਰੇ ਤਾਂ ਕੰਮ ਬਹੁਤ ਹੋ ਸਕਦਾ, ਨਹੀਂ ਹੋਇਆ ਔਨ ਪੋਜ਼ਿਟਿਵ ਨੋਟ, ਨਹੀਂ ਔਨ ਪੋਜ਼ਿਟਿਵ ਸਾਈਡ। ਓਕੇ, ਲੇਕਿਨ ਜਦੋਂ ਬਿਊਰੋਕਰੈਟ ਕੁਛ ਹੋਰ ਥੋਟ ਪ੍ਰੋਸੈਸ ਨਾਲ ਸੋਚਦਾ, ਪੋਲੀਟੀਸ਼ੀਅਨ ਕਿਸੇ ਹੋਰ ਥੋਟ ਪ੍ਰੋਸੈਸ ਨਾਲ ਸੋਚਦਾ, ਕਿਉਂਕਿ ਦੇਖੋ ਹਰ ਬੰਦਾ ਜਿਹੜਾ ਹਰ ਸੋ ਤੁਹਾਨੂੰ ਲੱਗਦਾ ਵੀ ਇਹ ਅਕਾਲੀ ਦਲ ਰਜੀਮ ਵੇਲੇ ਸਿਆਸੀ ਲੀਡਰ ਦੀ ਸੋਚ ਅਤੇ ਬਿਊਰੋਕਰੈਟ ਦੀ ਸੋਚ ਮਿਲੀ ਨਹੀਂ? ਨਹੀਂ, ਦੇਖੋ ਮੈਂ ਆਪਣੇ ਜੇ ਮੰਨ ਲਓ ਸਪੋਜ਼ ਮੇਰੀਆਂ 20 ਸਕੀਮਾਂ ਹੈਗੀਆਂ, ਮੈਂ ਹੁਣ ਕਈ ਵਾਰੀ ਕਈ ਬਿਊਰੋਕਰੈਟਸ ਨਾਲ ਬੋਲਦਾ ਬੈਠਦਾ, ਮੈਂ ਕਹਿੰਦਾ ਯਾਰ ਤੁਸੀਂ ਐਂ ਕਰੋ ਮੇਰੇ ਹਲਕੇ 'ਚ ਜਿਹੜੀ ਕੋਈ ਚੰਗੀ ਚੀਜ਼ ਆ ਇੱਥੇ ਲੈ ਆਓ। ਅਸੀਂ ਕੀ ਕਰਦੇ ਹਾਂ, ਜਦੋਂ ਤਾਂ ਮੈਂ ਬਿਊਰੋਕਰੈਟਸ ਬੈਠਦਾ ਉਹ ਕਹਿੰਦੇ ਜੀ ਪੋਲੀਟੀਸ਼ੀਅਨ ਮਾੜੇ ਆ ਜੀ, ਇੱਦਾਂ ਕਰਦੇ ਆ ਜੀ, ਇੱਦਾਂ ਕਰਦੇ ਆ ਜੀ, ਆਹ ਕਰਦੇ ਆ ਜੀ, ਆਹ ਕਰਦੇ ਆ। ਜਦੋਂ ਮੈਂ ਪੋਲੀਟੀਸ਼ੀਅਨਾਂ 'ਚ ਬੈਠਦਾ ਉਦੋਂ ਕਹਿੰਦੇ ਆ ਜੀ ਇਹ ਆਹ ਨਹੀਂ ਕਰਦੇ, ਆਹ ਨਹੀਂ ਕਰਦੇ, ਆਹ ਨਹੀਂ ਕਰਦੇ। ਮੈਂ ਇਹ ਕਹਿੰਦਾ ਹੁੰਦਾ ਕਿ ਯਾਰ ਤੁਸੀਂ ਐਂ ਕਰੋ, ਮੈਂ ਨਹੀਂ ਤੁਹਾਨੂੰ ਰੋਕਦਾ, ਮੇਰੇ ਹਲਕੇ 'ਚ ਜੋ ਚੰਗੀ ਚੀਜ਼ ਤੁਹਾਡੇ ਕੋਲ ਪੋਲਿਸੀ ਹੈਗੀ ਆ ਉਹ ਲੈ ਆਓ ਅਤੇ ਮੈਂ ਆਈ ਵਿਲ ਟਰਾਈ ਮਾਈ ਲੈਵਲ ਬੈਸਟ ਕਿ ਉਹਨੂੰ ਇੰਪਲੀਮੈਂਟ ਕੀਤਾ ਜਾਵੇ। ਮੈਂ ਐਂਟੀ ਇਨਕੰਬੈਂਸੀ ਦੀ ਇਸ ਕਰਕੇ ਪ੍ਰਗਟਾ ਨਾਲ ਗੱਲ ਕਰ ਰਿਹਾ, ਤੁਸੀਂ ਅਕਾਲੀ ਦਲ ਦੇ ਮੈਂਬਰ ਜੇ ਔਰ ਇਸ ਵੇਲੇ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਹੁੰਗਾਰਾ, ਖਾਸ ਕਰਕੇ ਬਾਹਰਲੇ ਮੁਲਕਾਂ ਤੋਂ ਜਿਹੜੇ ਪੰਜਾਬੀ ਬਾਹਰ ਗਏ ਆ ਉਹ ਮਿਲ ਰਿਹਾ, ਉਹ ਕਿਉਂ ਮਿਲ ਰਿਹਾ?
देखो पार्टियां जिहड़ियां सारियां इको जिहियां, मैं नहीं कहिंदा कि कांग्रेस अकाली दल बीजेपी उहदे च जिहड़े बंदे हुंदे अल्टीमेटली तां उह डिलीवर करन वाले उह चलाउण वाले ਉਹ ਦੇ ਨਾਲ ਹੀ ਫਰਕ ਪੈਂਦਾ ਹੈ। ਪਰ ਆਮ ਆਦਮੀ ਪਾਰਟੀ ਕਿਉਂ ਕਰੇ ਵੀ ਉਹ ਵੱਖਰੇ ਆ, ਇਹਨਾਂ ਨੂੰ ਵੱਖਰੇ ਆ। ਐਕਚੁਅਲੀ ਦੇਖੋ ਜੋ ਦਿੱਲੀ 'ਚ ਹੋਇਆ ਜੀ, ਠੀਕ ਹੈ ਨਾ, ਆਪਾਂ ਦੇਖੋ ਉਹ ਵੀ ਸਮਾਜ ਦੇ ਵਿੱਚੋਂ ਹੀ ਆ ਨਾ। ਦੇਖੋ ਇੱਕ ਗੱਲ ਤਾਂ ਆਪਾਂ ਮੰਨ ਲਈਏ, ਚਾਹੇ ਬਿਊਰੋਕਰੈਟ ਆ, ਚਾਹੇ ਪੋਲੀਟੀਸ਼ੀਅਨ ਆ, ਚਾਹੇ ਕੋਈ ਪਾਰਟੀ ਆ, ਚਾਹੇ ਕੋਈ ਸਿਸਟਮ ਆ, ਉਹ ਉਸ ਥੋਟ ਪ੍ਰੋਸੈਸ ਦਾ ਹੀ ਹਿੱਸਾ ਆ। ਆਪਾਂ ਜੇ ਕਹੀਏ ਵੀ ਸਾਡੇ ਜਾਣ ਕੇ ਕੋਈ ਕੋਈ ਬਾਹਰਲੀ ਰੇਸ ਆ ਗਈ ਅਤੇ ਉਹ ਕੁਛ, ਦੇਖੋ ਗਰਾਊਂਡ ਰਿਐਲਿਟੀ 'ਤੇ ਬਹੁਤ ਕੁਝ। ਦੇਖੋ ਮੈਂ ਜੋ ਪਿਛਲੇ 3 ਸਾਲਾਂ 'ਚ ਸਿੱਖਿਆ ਜਾਂ ਦੇਖ ਰਿਹਾ ਜਾਂ ਦੇਖਦਾ, ਮੈਂ ਇਹਨੂੰ 3 ਸੈਗਮੈਂਟ 'ਚ ਦੇਖਦਾ। ਇੱਕ ਤਾਂ ਜਿਹੜੀ 5% ਜਿਹੜੀ ਟੋਪ ਲੈਵਲ ਦੀ, ਚਾਹੇ ਉਹ ਉਹਨੂੰ ਬਿਊਰੋਕਰੈਟ ਕਹਿ ਲਓ, ਚਾਹੇ ਉਹਨੂੰ ਬਿਜ਼ਨਸਮੈਨ ਕਹਿ ਲਓ, ਚਾਹੇ ਪੋਲੀਟੀਕਲ ਲੀਡਰਸ਼ਿਪ ਕਹਿ ਲਓ, ਉਹ 5% ਜਿਹੜੀ ਆ ਉਹ ਜਿਹੜੀ ਆ ਉਹ ਉਹਨਾਂ ਦਾ ਥੋਟ ਪ੍ਰੋਸੈਸ ਡਿਫਰੈਂਟ ਆ। ਜਿਹੜਾ ਥੱਲੇ 15-20% ਆ ਉਹ ਚੇਂਜ ਲਿਆਉਣ ਦੇ ਸਮਰੱਥੀ ਹੈ ਨਹੀਂ, ਕਿਉਂਕਿ ਉਹ ਤਾਂ ਕਹਿ ਲਓ 2 ਤੇ 2-4 ਰੋਟੀਆਂ ਹੀ ਕਹਿੰਦਾ। ਅੱਛਾ ਜਿਹੜਾ ਵਿਚਾਲੇ ਆਪਣੇ ਵਾਲਾ ਚੰਕ ਆ, ਜਿੱਥੇ ਆਪਾਂ ਸਾਰੇ ਹੀ ਹੈਗੇ ਹਾਂ, ਉਹ ਬਹੁਤ ਵੱਡਾ ਚੰਕ ਆ 70-75% ਦਾ। ਅੱਛਾ ਉਹ ਗੱਲ ਵੀ ਕਰਦੇ ਆ, ਡਰਾਇੰਗ ਰੂਮ 'ਚ ਡਿਸਕਸ਼ਨ ਵੀ ਕਰਦੇ ਆ, ਲੇਕਿਨ ਟਾਈਮ ਹੈ ਨਹੀਂ ਫੋਰ ਦਾ ਚੇਂਜ। ਕਿਉਂਕਿ ਜੇ ਦੇਖੋ ਜੇ ਚੇਂਜ ਲਿਆਉਣੀ ਆ ਆਪਾਂ ਸਾਰਿਆਂ ਨੂੰ ਚੇਂਜ ਦਾ ਹਿੱਸਾ ਬਣਨਾ ਪੈਣਾ। ਤੁਹਾਡਾ ਹੁਣ ਸਿਆਸਤ 'ਚ ਕਾਫੀ ਐਕਸਪੀਰੀਅੰਸ ਹੀ ਹੋ ਗਿਆ ਵਾ, ਸੋ ਐਕਸਪੀਰੀਅੰਸ ਤਾਂ ਦੇਖੋ ਸਿਆਸਤ ਦੀਆਂ ਵੀ ਚੋਣਾਂ ਹੁਣ ਆਉਣੀਆਂ ਵਾ, ਸੋ ਕੀ ਪਲਾਨ ਹੈ ਵੀ ਜੇ ਅਕਾਲੀ ਦਲ ਤੁਹਾਨੂੰ ਦੁਬਾਰਾ ਖੜਾ ਕਰੇ ਜਲੰਧਰ ਕੈਂਟ ਤੋਂ, ਤੇ ਤੁਸੀਂ ਅਕਾਲੀ ਦਲ ਦੀ ਟਿਕਟ ਤੇ ਇਲੈਕਸ਼ਨ ਲੜੋਗੇ? ਦੇਖੋ ਮੈਂ ਤਾਂ ਮੈਨੂੰ ਪਤਾ ਜਿੱਦਣ ਪਿੰਡ ਤੋਂ ਤੁਰਿਆ ਸੀਗਾ, ਇੱਕ ਆਮ ਜ਼ਿਮੀਂਦਾਰ ਕਿਸਾਨ ਦਾ ਮੁੰਡਾ ਇਸ ਲੈਵਲ ਤੱਕ ਪਹੁੰਚ ਗਿਆ, ਠੀਕ ਹੈ ਨਾ। ਅੱਛਾ ਮਿਹਨਤ ਤੋਂ ਬਿਨਾਂ ਆਪਣੇ ਕੋਲ ਕੋਈ ਆਪਸ਼ਨ ਨਹੀਂ ਹੈਗੀ, ਨਹੀਂ ਹੈ ਵੈਸੇ ਕਿਸੇ ਕੋਲ ਵੀ ਕੋਈ ਆਪਸ਼ਨ ਨਹੀਂ ਹੁੰਦੀ, ਕਿਉਂਕਿ ਜਿਹੜਾ ਬੰਦਾ 10-12-14 ਘੰਟੇ ਕੰਮ ਕਰਦਾ ਜੀ ਉਹਨੇ ਕਰਨਾ ਤਾਂ ਹੈਗਾ ਹੀ। ਹੁਣ ਮੈਂ ਜੇ ਇਸ ਪ੍ਰੋਫੈਸ਼ਨ 'ਚ ਆ ਤਾਂ ਮੈਨੂੰ ਇਸ ਪ੍ਰੋਫੈਸ਼ਨ 'ਚ ਕੰਮ ਤਾਂ ਕਰਨਾ ਹੀ ਪਊਗਾ। ਪ੍ਰਗਟ, ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜੇ ਸਿਆਸੀ ਸਵਾਲ ਹੈ ਨਾ ਉਹਨਾਂ ਨੂੰ ਵੀ ਜਿਵੇਂ ਹਾਕੀ 'ਚ ਡੌਜ ਕਰਦੇ ਸੀ ਨਾ ਉੱਦਾਂ ਹੀ ਡੌਜ ਕਰਦੇ ਜੇ? ਨਹੀਂ ਮੈਂ ਡੌਜ ਨਹੀਂ ਕਰਦਾ, ਮੈਂ ਇਦੋਂ ਕਲੀਅਰ ਤਾਂ ਹੁਣ ਕਹਿ ਨਹੀਂ ਸਕਦਾ। ਥੈਂਕ ਯੂ। ਇਹ ਸਨ ਪ੍ਰਗਟ ਸਿੰਘ, ਜਿਨ੍ਹਾਂ ਦੀ ਹਾਕੀ ਨੂੰ ਬਤੌਰ ਖਿਡਾਰੀ, ਕੋਚ ਅਤੇ ਪ੍ਰਬੰਧਕ ਬਹੁਤ ਦੇਣੇ। ਜਿਸ ਵੇਲੇ ਉਹ ਪੰਜਾਬ ਦੇ ਡਾਇਰੈਕਟਰ ਸਪੋਰਟਸ ਵਜੋਂ ਕੰਮ ਕਰ ਰਹੇ ਸੀ, ਉਹਨਾਂ ਹਾਕੀ ਅਤੇ ਹੋਰ ਖੇਡਾਂ ਨੂੰ ਬੜਾਵਾ ਦੇਣ ਲਈ ਕਈ ਕਦਮ ਚੁੱਕੇ। ਸੂਬੇ 'ਚ ਅਤੇ ਮੁਲਕ 'ਚ ਹਾਕੀ ਦੇ ਰਿਵਾਈਵਲ ਵਾਸਤੇ ਉਹਨਾਂ ਦੇ ਬੜੇ ਸਪਸ਼ਟ ਵਿਚਾਰ ਨੇ, ਇਹਨਾਂ ਉੱਤੇ ਗੌਰ ਕਰਨ ਦੀ ਲੋੜ ਹੈ। ਅੱਜ ਇੰਨਾ ਹੀ। ਨਮਸਕਾਰ, ਸਤਿ ਸ਼੍ਰੀ ਅਕਾਲ।